ਮਾਰਨਿੰਗ ਆਏ ਹੁੰਦੇ ਆ ਤੇ ਉਸ ਲਈ ਸਵੇਰੇ ਪਰੌਂਠਿਆਂ ਦੀ ਸੇਵਾ ਕਦੇ ਕਦੇ ਮੱਕੀ ਦੇ ਪ੍ਰਸ਼ਾਦਿਆਂ ਦੀ ਸੇਵਾ ਹੁੰਦੀ ਆ ਉਹ ਕਰਕੇ ਜਾਈਦਾ ਫਿਰ ਅਸੀਂ ਥੋੜੀ ਦੇਰ ਘਰ ਚਲੇ ਜਾਂਦੇ ਆ ਗੁਰਦੁਆਰਾ ਸਾਹਿਬ ਲੈਂਕਰ ਸਿੰਘ ਵਿਖੇ ਪਹੁੰਚੇ ਹੋਏ ਆ ਜਿੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਚੱਲ ਰਹੇ ਆ ਇਸ ਟਾਈਮ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਆ ਉਹ ਇੱਥੇ ਲੱਗੇ ਹੋਏ ਆ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਰਾਜਵਿੰਦਰ ਜੀ ਸੋ ਰਾਜਵਿੰਦਰ ਜੀ ਸਾਰੀਆਂ ਭੈਣਾਂ ਅੱਜ ਦੇ ਸੇਵਾ ਦੇ ਵਿੱਚ ਲੱਗੇ ਆ ਸਲਾਨਾ ਸਮਾਗਮ ਹੁੰਦੇ ਆ ਸੋ ਇਹ ਹਰ ਐਤਵਾਰ ਇਦਾਂ ਹੀ ਉਤਸ਼ਾਹ ਦੇਖਦੇ ਆ ਆਪਾਂ ਸਾਰਿਆਂ ਦਾ ਹਾਂਜੀ ਅੱਜ ਵਰਗਾ ਜ਼ਿਆਦਾ ਹੀ ਹੈ ਜੀ ਤੇ ਹਾਂਜੀ ਪਹਿਲਾਂ ਹਰ ਐਤਵਾਰ ਹੀ ਵੈਸੇ ਸੇਵਾ ਕਰਦੇ ਸਾਰੇ ਹਾਂਜੀ ਸੋ ਇਹ ਸਲਾਨਾ ਸਮਾਗਮ ਹੁੰਦੇ ਆ ਹਾਂਜੀ 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 ਸਲਾਨਾ ਇਦਾਂ ਹੀ ਹੁੰਦੇ ਆ ਹੋਰ ਵੀ ਪ੍ਰੋਗਰਾਮ ਹੁੰਦੇ ਆ ਬਹੁਤ ਅੱਜ ਵਿਸਾਖੀ ਦਾ ਹਾਂਜੀ ਜ਼ਿਆਦਾ ਹੈ ਜਣਾ ਤੇ ਓਵਰਆਲ ਫਿਰ ਜਦੋਂ ਤੁਸੀਂ ਦੇਖਦੇ ਆ ਰੈਗੂਲਰਲੀ ਅਸੀਂ ਪਹਿਲੀ ਵਾਰੀ ਆਏ ਹਾਂ ਇਸ ਗੁਰੂ ਘਰ ਦੇ ਵਿੱਚ ਤੇ ਇੱਥੇ ਜਿਹੜਾ ਫਿਰ ਕਿੱਦਾਂ ਦਾ ਮਾਹੌਲ ਜਿਹੜਾ ਤੁਸੀਂ ਰਹਿੰਦਾ ਆ ਕਿੰਨੀ ਕੁ ਸੰਗਤ ਜਿਹੜੀ ਆ ਉਹ ਹਰ ਵੀਕਐਂਡ ਦੇ ਉੱਤੇ ਇੱਥੇ ਮਾਹੌਲ ਬਹੁਤ ਵਧੀਆ ਹੁੰਦਾ 200 ਦੇ ਕਰੀਬ ਹੁੰਦੀ ਸੰਗਤ ਹਾਂਜੀ ਸਵੇਰੇ ਨਿਤਨੇਮ ਹੁੰਦਾ ਫਿਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਆ ਫਿਰ ਕੀਰਤਨ ਹੁੰਦਾ ਦੁਪਹਿਰ ਵੇਲੇ ਹਾਂਜੀ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਸੰਗਤ ਬਹੁਤ ਪਿਆਰ ਕਰਦੀ ਹੈ ਸੋ ਤੁਸੀਂ ਇਦਾਂ ਮਤਲਬ ਸਾਰੇ ਸਾਡੇ ਜਿਹੜੇ ਜਣੇ ਇਦਾਂ ਫਿਰ ਇਦਾਂ ਤੁਸੀਂ ਹਰ ਵਾਰੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਾਂਜੀ ਹਾਂਜੀ ਅਸੀਂ ਸਾਰਲੀ ਮਾਰਨਿੰਗ ਆਏ ਹੁੰਦੇ ਆ ਤੇ ਉਸ ਲਈ ਸਵੇਰੇ ਪਰੌਂਠਿਆਂ ਦੀ ਸੇਵਾ ਕਦੇ ਕਦੇ ਮੱਕੀ ਦੇ ਪ੍ਰਸ਼ਾਦਿਆਂ ਦੀ ਸੇਵਾ ਹੁੰਦੀ ਆ ਉਹ ਕਰਕੇ ਜਾਈਦਾ ਫਿਰ ਅਸੀਂ ਥੋੜੀ ਦੇਰ ਘਰ ਚਲੇ ਜਾਂਦੇ ਆ ਪਰ ਅੱਜ ਅਸੀਂ ਇੱਥੇ ਰੁਕ ਗਏ ਆ ਕਿ ਅੱਜ ਪ੍ਰੋਗਰਾਮ ਵੱਡਾ ਸੀਗਾ ਤੇ ਫਿਰ ਅਸੀਂ ਇੱਥੇ ਰੁਕ ਗਏ ਸੀ ਹੋਰ ਸੇਵਾ ਕਰ ਲੈਣੇ ਬਹੁਤ ਵਧੀਆ ਹੋਰ ਭੈਣ ਜੀ ਤੁਹਾਡੇ ਚੋਂ ਕਿਸੇ ਨੇ ਕੋਈ ਗੱਲ ਕਰਨੀ ਕਹਿਣੀ ਹੋਵੇ ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਆ ਤੇ ਭੈਣ ਜੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਫਤਿਹ ਦੀ ਸਾਂਝ ਪਾਉਣਾ ਚਾਹੁੰਦੇ ਆ ਭੈਣ ਜੀ ਕੀ ਨਾਮ ਹੈ ਸਰਬਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ ਵਿਸਾਖੀ ਦੀਆਂ ਖਾਲਸਾ ਪੰਥ ਦੀਆਂ ਬਹੁਤ ਬਹੁਤ ਵਧਾਈਆਂ ਸਭ ਅੱਜ ਵਿਸਾਖੀ ਮਨਾ ਰਹੇ ਆ ਸਾਰੀ ਸੰਗਤ ਵਿਸਾਖੀ ਮਨਾ ਰਹੀ ਹੈ ਅੱਜ ਸੰਡੇ ਦਾ ਦਿਨ ਹੈ ਸਾਰੇ ਲੰਗਰ ਸੰਗਤ ਲੰਗਰਾਂ ਦੀ ਸੇਵਾ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਅੱਜ ਗੁਰੂ ਗੋਬਿੰਦ ਸਿੰਘ ਦਾ ਬਰਥਡੇ ਹੈ ਵਿਸਾਖੀ ਮਨਾ ਰਹੇ ਆ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਪਰਮਾਤਮਾ ਸੁੱਖ ਦੇਵੇ ਦੁਨੀਆ ਤੇ ਠੰਡ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਦੁਆਰਾ ਸਾਹਿਬ ਲੈਂਕਰ ਸਿੰਘ ਵਿਖੇ ਪਹੁੰਚੇ ਹੋਏ ਆ ਜਿੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਚੱਲ ਰਹੇ ਆ ਇਸ ਟਾਈਮ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਆ ਉਹ ਇੱਥੇ ਲੱਗੇ ਹੋਏ ਆ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਰਾਜਵਿੰਦਰ ਜੀ ਸੋ ਰਾਜਵਿੰਦਰ ਜੀ ਸਾਰੀਆਂ ਭੈਣਾਂ ਅੱਜ ਦੇ ਸੇਵਾ ਦੇ ਵਿੱਚ ਲੱਗੇ ਆ ਸਲਾਨਾ ਸਮਾਗਮ ਹੁੰਦੇ ਆ ਸੋ ਇਹ ਹਰ ਐਤਵਾਰ ਇਦਾਂ ਹੀ ਉਤਸ਼ਾਹ ਦੇਖਦੇ ਆ ਆਪਾਂ ਸਾਰਿਆਂ ਦਾ ਹਾਂਜੀ ਅੱਜ ਵਰਗਾ ਜ਼ਿਆਦਾ ਹੀ ਹੈ ਜੀ ਤੇ ਹਾਂਜੀ ਪਹਿਲਾਂ ਹਰ ਐਤਵਾਰ ਹੀ ਵੈਸੇ ਸੇਵਾ ਕਰਦੇ ਸਾਰੇ ਹਾਂਜੀ ਸੋ ਇਹ ਸਲਾਨਾ ਸਮਾਗਮ ਹੁੰਦੇ ਆ ਹਾਂਜੀ 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 ਸਲਾਨਾ ਇਦਾਂ ਹੀ ਹੁੰਦੇ ਆ ਹੋਰ ਵੀ ਪ੍ਰੋਗਰਾਮ ਹੁੰਦੇ ਆ ਬਹੁਤ ਅੱਜ ਵਿਸਾਖੀ ਦਾ ਹਾਂਜੀ ਜ਼ਿਆਦਾ ਹੈ ਜਣਾ ਤੇ ਓਵਰਆਲ ਫਿਰ ਜਦੋਂ ਤੁਸੀਂ ਦੇਖਦੇ ਆ ਰੈਗੂਲਰਲੀ ਅਸੀਂ ਪਹਿਲੀ ਵਾਰੀ ਆਏ ਹਾਂ ਇਸ ਗੁਰੂ ਘਰ ਦੇ ਵਿੱਚ ਤੇ ਇੱਥੇ ਜਿਹੜਾ ਫਿਰ ਕਿੱਦਾਂ ਦਾ ਮਾਹੌਲ ਜਿਹੜਾ ਤੁਸੀਂ ਰਹਿੰਦਾ ਆ ਕਿੰਨੀ ਕੁ ਸੰਗਤ ਜਿਹੜੀ ਆ ਉਹ ਹਰ ਵੀਕਐਂਡ ਦੇ ਉੱਤੇ ਇੱਥੇ ਮਾਹੌਲ ਬਹੁਤ ਵਧੀਆ ਹੁੰਦਾ 200 ਦੇ ਕਰੀਬ ਹੁੰਦੀ ਸੰਗਤ ਹਾਂਜੀ ਸਵੇਰੇ ਨਿਤਨੇਮ ਹੁੰਦਾ ਫਿਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਆ ਫਿਰ ਕੀਰਤਨ ਹੁੰਦਾ ਦੁਪਹਿਰ ਵੇਲੇ ਹਾਂਜੀ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਸੰਗਤ ਬਹੁਤ ਪਿਆਰ ਕਰਦੀ ਹੈ ਸੋ ਤੁਸੀਂ ਇਦਾਂ ਮਤਲਬ ਸਾਰੇ ਸਾਡੇ ਜਿਹੜੇ ਜਣੇ ਇਦਾਂ ਫਿਰ ਇਦਾਂ ਤੁਸੀਂ ਹਰ ਵਾਰੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਾਂਜੀ ਹਾਂਜੀ ਅਸੀਂ ਸਾਰਲੀ ਮਾਰਨਿੰਗ ਆਏ ਹੁੰਦੇ ਆ ਤੇ ਉਸ ਲਈ ਸਵੇਰੇ ਪਰੌਂਠਿਆਂ ਦੀ ਸੇਵਾ ਕਦੇ ਕਦੇ ਮੱਕੀ ਦੇ ਪ੍ਰਸ਼ਾਦਿਆਂ ਦੀ ਸੇਵਾ ਹੁੰਦੀ ਆ ਉਹ ਕਰਕੇ ਜਾਈਦਾ ਫਿਰ ਅਸੀਂ ਥੋੜੀ ਦੇਰ ਘਰ ਚਲੇ ਜਾਂਦੇ ਆ ਪਰ ਅੱਜ ਅਸੀਂ ਇੱਥੇ ਰੁਕ ਗਏ ਆ ਕਿ ਅੱਜ ਪ੍ਰੋਗਰਾਮ ਵੱਡਾ ਸੀਗਾ ਤੇ ਫਿਰ ਅਸੀਂ ਇੱਥੇ ਰੁਕ ਗਏ ਸੀ ਹੋਰ ਸੇਵਾ ਕਰ ਲੈਣੇ ਬਹੁਤ ਵਧੀਆ ਹੋਰ ਭੈਣ ਜੀ ਤੁਹਾਡੇ ਚੋਂ ਕਿਸੇ ਨੇ ਕੋਈ ਗੱਲ ਕਰਨੀ ਕਹਿਣੀ ਹੋਵੇ ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਆ ਤੇ ਭੈਣ ਜੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਫਤਿਹ ਦੀ ਸਾਂਝ ਪਾਉਣਾ ਚਾਹੁੰਦੇ ਆ ਭੈਣ ਜੀ ਕੀ ਨਾਮ ਹੈ ਸਰਬਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ ਵਿਸਾਖੀ ਦੀਆਂ ਖਾਲਸਾ ਪੰਥ ਦੀਆਂ ਬਹੁਤ ਬਹੁਤ ਵਧਾਈਆਂ ਸਭ ਅੱਜ ਵਿਸਾਖੀ ਮਨਾ ਰਹੇ ਆ ਸਾਰੀ ਸੰਗਤ ਵਿਸਾਖੀ ਮਨਾ ਰਹੀ ਹੈ ਅੱਜ ਸੰਡੇ ਦਾ ਦਿਨ ਹੈ ਸਾਰੇ ਲੰਗਰ ਸੰਗਤ ਲੰਗਰਾਂ ਦੀ ਸੇਵਾ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਅੱਜ ਗੁਰੂ ਗੋਬਿੰਦ ਸਿੰਘ ਦਾ ਬਰਥਡੇ ਹੈ ਵਿਸਾਖੀ ਮਨਾ ਰਹੇ ਆ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਪਰਮਾਤਮਾ ਸੁੱਖ ਦੇਵੇ ਦੁਨੀਆ ਤੇ ਠੰਡ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ